नमस्कार मैं जीवन ज्योति आज फिर तुम सामने ले ही आई है एक और डोगरा फोंडेज जिधर ना है रो वाले चोल अच्छा रो वाले चोल तो तुझे बड़े खादे भी होने, या गोडाले चोल तो मैं पहले भी बनाए है उधर से मैं रो पहले ले ली थे इसी रो की कढ़ाई जी गड्डी था मैं उधर बाद ऐसे ही रख देना सेक पर ਸੇਕ ਕੋ ਇੰਝ ਜ਼ਿਆਦਾ ਰੱਖੀ ਲਾਗੈਂ ਕਿ ਪਹਿਲੇ ਅਸੀਂ ਜਿਹੜੀ ਚਾਗ ਹੈ ਨਾ ਇਹਦੀ ਇਹ ਅਸੀਂ ਚੁੱਕਨੇ ਪੋਣੇ ਹੈ ਕਿਉਂਕਿ ਆਗਰ ਇਹ ਵਿੱਚ ਰੁਏ ਤੇ ਚੋਲ ਜਿਹੜੇ ਨਾ ਜਿਹੜੇ ਦਾ ਖੀਰ ਦਾ ਰੰਗ ਆਂਦਾ ਉਹ ਕਾਲਾ ਘਾਲਾ ਆਂਦਾ ਥੋੜਾ ਇਆਂ ਅਗਰ ਅਸੀਂ ਚੱਗ ਸਾਰੀ ਚੁੱਕੀ ਲੈ ਜੇ ਤੇ ਇਹਦਾ ਰੰਗ ਜਿਹੜਾ ਹੈ ਬਿਲਕੁਲ ਹਰਾ ਹਰਾ ਆਂਦਾ ਇਹ ਬਸੇ ਵੀ ਡਿਪੈਂਡ ਕਰਦਾ ਇਹ ਜਿਹੜੀ ਥੋੜੀ ਰੂ ਹੈ ਇਹ ਪੱਕੇ ਦੇ ਗੰਨੇ ਦੀ ਹੈ ਜਾਂ ਕੱਚੇ ਗੰਨੇ ਦੀ ਹੈ ਅਗਰ ਗੰਨੇ ਜ਼ਿਆਦਾ ਪੱਕੇ ਦੇ ਹੋਣ ਤਾਂ ਰੂ ਜਿਹੜੀ ਹੈ ਜਿਸ ਲੋ diaz ਛੋਲ ਬਣਾਣੇ ਰੰਗ ਥੋੜਾ ਲਾਲੀ ਗੀ ਬੰਦਾ ਤੇ ਜਿਹੜੇ ਕੱਚੇ ਗੰਨੇ ਹੁੰਦੇ ਨਾ ਉਹਦੀ ਰੂ ਦਾ ਅੰਗ ਜੜਾ ਹੈ ਉਹ ਸੈਲਾ ਸੈਲਾ ਹੁੰਦਾ ਥੋੜਾ ਇਹ ਰੂ ਇਸ ਵੇਰੇ ਮੈਂ ਮਗਵਾਈ ਹੀ ਥੋੜੀ ਬੰ ਬਚੇ ਫਲਾਈ ਤੀ ਬਾਕੀ ਤੇ ਮੈਂ ਸੋਚਿਆ ਉਹਨਾਂ ਇਹਦੇ ਚੋਲ ਬਣਾਈਏ ਨੇ ਇਹ ਉਪਰੋਂ ਉਪਰ ਸਾਰਾ ਗੇ ਚੁੱਕੀ ਲੈਣਾ ਮੈਨਾਂ ਥਾਰੀ ਲੈਣਾ ਸੀ ਉਦੇ ਬਾਅਦ ਇੱਕ ਕੋਲੀ ਚੋਲ ਮੇ ਸੇੜੀਏ ਰੱਖ ਦੇਣ ਇਹ ਦੇਖੋ ਨਿਕਲੀ ਆ ਸਾਰਾ ਇੱਕ ਚੋਲ ਕੋਲੀ ਮੈਂ ਚੋਲ ਸੇੜ ਦੇਣ ਤੇ ਇਨੇ ਚੋਲੇਂਗੀ ਬਾਸਵਤੀ ਚੋਲੇ ਮੇ ਕੋਲ ਇਨੇ ਐਸੇ ਨਿੱਕਾ ਨਿੱਕਾ ਸੇੜੇ ਦੇ ਚੋਲ ਜਿਹੜੇ ਨੇ ਇਨੇ ਪੀਣਾ ਥੋੜਾ ਸਾਨੂੰ ਜਾਂਦਾ ਆਠੀ ਗਨੇਗੇ ਨਹੀਂ ਅਸੀਂ ਕਰੀ ਦਾ ਟੋਟਾ ਕਰੀ ਹੋਣਾ ਤਾਂ ਕਿ ਇਹ ਦੀ ਜਸਲਾ ਖੀਰ ਬਣੇ ਜਾਂ ਚੋਲ ਬਣਨੇ ਸਵਾਦ ਥੋੜਾ ਜਿਹਾ ਆਈਏ ਅਗਰ ਚਾਵਲ ਦਾ ਦਾਣਾ ਛੋਲੇ ਦਾ ਦਾਣਾ ਖੜਾ ਖੜਾ ਰੋਏ ਤਾਂ ਫਿਰ ਉਹ ਖੀਰ ਜਿਹੜੀ ਹੈ ਇਹ ਨਿਸ਼ਾ ਲ ਨਹੀਂ ਲੱਗਦੀ ਇਹ ਨਹੀਂ ਅਸ ਰੋ ਵਾਲੇ ਛੋਲ ਜ ਰੋ ਵਾਲੀ ਖੀਰ ਵੀ ਆਖਨੇ ਇਹ ਸਾਡੇ ਡੁਗਰ ਚ ਬੜੇ ਫੇਮਸ ਇੱਕ ਡਿਸ਼ ਹੈ ਜਿਸ ਲੋਕ ਅਮੂਮਨ ਜਿਨੇ ਲੋਕੇ ਕਰੇ ਕਮਾਨ ਲਾਇਦ ਹੁੰਦਾ ਮਤਲਬ ਜਿਨੇ ਗੰਨੇ ਲਾਇਦ ਹੁੰਦੇ ਨੇ ਉਹਨਾਂ ਦੇ ਘਰੇ ਨੇ ਲਾਗੇ ਬੰਦੀ ਬੰਦੀ ਹੈ ਅਸ ਇਸ ਲਈ ਨਿੱਕੀ ਹੁੰਦੇ ਹੈ ਤੇ ਗਰਾਹ ਸਿਆਲੇ ਦੇ ਦਿਨੇ ਦੋ ਚਾਰ ਬਾਰੀ ਜਾਂ ਇਹਦੇ ਕੋਲ ਵੀ ਕਈ ਬਾਰੀ ਜ਼ਿਆਦਾ ਬਾਰੀ ਅਸੀਂ ਇਹ ਰੋ ਦੀ चीज ਜਾਂ ਰੋ ਵਾਲੇ ਚੋਲ ਖਲਾਂਦੇ ਹੈ ਡ్రਾਈ ਫਰੂਟ ਤੇ ਕਿਉਂ ਪਈ ਪਈ ਹੈ ਇਸੇ ਅਸ ਦਹੀਂ ਕਨੇ ਵੀ ਖੰਦੇ ਹੈ ਜਾਂ ਦੁੱਧ ਕਨੇ ਵੀ ਖੰਦੇ ਹੈ ए अपना अपना स्वाद है उसकी क्या अच्छी लगती ये ड्राई फ्रूट पाने न, इमें गोटा ले लिया थोड़ा पतला पतला मैं कटी लिया इसी तुम तो इसी सीधा भी पाई सौ तो अगर थोड़ा मन करे तो इसी थोड़ा जा, रोस्ट कर लो रोस्ट करिए पाई दो ये इदे थोड़ी हारी मूंगफली थोड़े हारे बदम तो दो चार काजू ਵੈਸੇ ਵੀ ਤੁਸੀਂ ਦੇਖਿਆ ਹੋ ਨਾ ਮੇਰੀਆਂ ਡਿਸ਼ੇਸ ਜਿਹੜੀਆਂ ਨਾ ਉਹਨੇ ਦੋ ਚੀਜ਼ਾਂ ਮੈਂ ਜ਼ਿਆਦਾ ਰੱਖਣੀ ਹੈ ਕਿਉ ਤੇ ਡਰਾਈ ਫਰੂਟ ਇਹਾਂ ਵੀ ਮੈਨੂੰ ਪਸੰਦ ਹੈ ਤੇ ਵੈਸੇ ਵੀ એનર્ਜੀ ਬੂਸਟਰ ਦਾ ਕੰਮ ਕਰਦਾ ਇਹ ਜਿਹੜਾ ਰੋ ਜਿਹੜੀ ਹੈ ਤੁਸੀਂ ਸਾਰੇ ਹੀ ਪਤਾ ਹੋ ਨਾ ਇਹ ਇੱਕ એનર્ਜੀ ਬੂਸਟਰ ਡਰਿੰਕ ਵੀ ਇਸੇ ਆਦੇ ਨਾ ਮਤਲਬ ਅਸੀਂ ਕਿ ਇਨਸਟੈਂਟ એનર્ਜੀ ਦਿੰਦੀ ਹੈ ਮਤੇ ਸਾਰੇ ਲੋਕੀ ਜਿਹਨੇ ਪੀ ਲਿਆ ਵਗੈਰਾ ਹੋ ਜਾਂਦਾ ਉਹਨੇ ਵੀ ਲੋਕ ਰੋਪ ਲਾਂਦੇ ਨਾ ਇਹ ਜਿਹਨੇ ਬੱਚੇ ਨੇ ਜਾਂ ਵੱਡੇ ਨੇ ਦੰਦਾਂ ਚ ਕੈਵਿਟੀ ਜੁਈ ਜਾਂਦੀਆਂ ਨਾ ਉਹਨੇ ਵੀ ਠੀਕ ਕਰਦੀ ਐ ਤੇ ਡਾਈਜੈਸ਼ਨ ਦੇ ਸਾਡੀ ਜੜੀ ਪਾਚਨ ਸ਼ਕਤੀ ਐ ਉਸੇ ਤੇ ਇੰਪਰੂਵ ਕਰਦੀ ਕਰਦੀ ਕੜਸ਼ੀ ਕਰਨੇ ਅਸੇ ਹੀ ਸਿਰ ਥੋੜਾ ਰਾ ਹੋਰ ਮਹਿੰਦੀ ਲੈਣਾ ਜਿੰਨਾ ਕਸ ਮਹਿੰਦੀ ਸੱਚੇ ਨਹੀਂ ਚੋਲेंगी ਤੇ ਮਤੇ ਲੋਕ ਜੜੇ ਨਾ ਉਹ ਕੀ ਕਰਦੇ ਨਾ ਇਸੀ ਰੋਗ ਹੀ ਪੀਣ ਦਾ ਸਹੀ ਟਾਈਮ ਜਿਹੜਾ ਹੈ ਉਹ ਖਾਲੀ ਪੇਟ ਹੈ ਸਾਨੂੰ ਸਾਡੇ ਦਾਦੀ ਦਾਦਾ ਜੀ ਮਮੀ ਵਗੈਰਾ ਆਦੇ ਹੀ ਕਿ ਅਗਰ ਤੁਸੀਂ ਨੇ ਆਪਣਾ ਭਾਰ ਘਟਾਉਣਾ ਹੈ ਤਾਂ ਵੀ ਖਾਲੀ ਪੇਟ ਰੋ ਪੀ ਲੈਣੀ ਸਕਿਨ ਜਿਹੜੀ ਹੈ ਉਹ ਵੀ ਇਹਦੇ ਨੇ ਗਲੋ ਕਰਦੀ ਹੈ ਤਵਚਾ ਇਸ ਮਤਲਬ ਜਿਹੜਾ ਨਿਖਾਰ ਆਂਦਾ ਮਤੇ ਸਾਰੇ ਲੋਗ ਰੋ ਖੰ ਪੀਂਦੇ ਨੇ ਤੇ ਗੰਨੇ ਚ ਮਤੇ ਸਾਰੇ ਪ੍ਰੋਟੀਨ ਹੁੰਦੇ ਕੈਲਸ਼ੀਅਮ ਹੁੰਦਾ ਫਾਸਫੋਰਸ ਹੁੰਦਾ ਆਇਰਨ ਪੋਟਾਸ਼ੀਅਮ ਵਿਟਾਮਿਨ ਏ ਵਿਟਾਮਿਨ ਬੀ ਕੰਪਲੈਕਸ ਸੀ ਤੇ ਹੁੰਦਾ ਹੀ ਹੁੰਦਾ ਅਖਰਿਆ ਮਤਲਬ ਇਹ ਜਿਹੜਾ ਸਾਰਾ ਗੰਨਾ ਹੈ ਜਾਂ ਗੰਨੇ ਦੇ ਰਸ ਜਿਹੜਾ ਹੈ ਇਹ ਇੱਕ ਬੜਾ ਸਾਰਾ ਮਤਲਬ ਊਰਜਾ ਦਾ ਸਰੋਤ ਹੈ ਤਾਕਤ ਦਿੰਦਾ ਸਾਨੂੰ ਔਰ ਕੋਸ਼ਿਸ਼ ਮਿਲਦਾ ਕਿ ਹਰ ਪਰਿਵਾਰ ਨੇ ਜਾਂ ਹਰ ਮਾਂ ਨੇ ਕਰਨੀ ਚਾਹੀਦੀ ਇਹਨੇ ਦਿਨੇ ਬੱਚੇਂਗੀ ਜਾਂ ਵੱਢੇਂਗੀ ਬਜ਼ੁਰਗੇਂਗੀ ਸਾਰੇ ਹੀ ਮਤਲਬ ਇਹ ਇੱਕ ਇੱਕ ਦੋ ਦੋ ਵਾਰੀ ਇਹ ਡਿਸ਼ ਜ਼ਰੂਰ ਬਣਾਈਏ ਖਲਾਨੀ ਔਰ ਵੈਸੀ ਵੀ ਦਾ ਸਵਾਦ ਬੜਾ ਹੁੰਦਾ ਜਿਹਨੇ ਲੋਕੇ ਖਾਦੇ ਦੀਉ ਨਹੀਂ ਉਹਤੇ ਦਾ ਸਵਾਦ ਭੁੱਲੀ ਨਹੀਂ ਸਕਦੇ ਫਰ ਜਨੇ ਨਹੀਂ ਵੀ ਖਾਦੇ ਦੀ ਹੋਗ ਇੱਕ ਵਾਰੀ ਬਣਾਈਏ ਜ਼ਰੂਰ ਦੇਖਿਓ ਇਹ ਸਾਡੀ ਡਿਸ਼ ਬਣੀ ਇਹਦੇ ਚਾਸਨ ਡਰਾਈ ਫਰੂਟ ਪਾਇਲੇ ਹਾਂ ਗੱਲਾਂ ਕਰਦੇ ਕਰਦੇ ਕੇ ਉਸੇ ਅਸੇ ਥੋੜਾ ਜਿਹਾ ਰਿਜੀ ਵੀ ਲਿਆ ਕੰਨੇ ਕੇ ਡਰਾਈ ਫਰੂਟ ਪਾਣੇ ਬਾਅਦ ਇਸੇ ਮੇ ਕਨੇ ਗਰੇ ਜਾਇ ਲਿਆ ਕਿ ਸ਼ਲੋਕ ਬੰਦੇ ਬੰਦੇ ਸ਼ੁਰੂ ਚ ਕੇ ਪਾਇ ਲੈਂਦੇ ਪਰ ਮੈਂ ਸ਼ੁਰੂ ਜ ਨਹੀਂ ਪਾਇਆ ਮੈਂ ਲਾਸਟੇ ਜਿਹੜੇ ਸਾਹਮਣੇ ਹੀ ਪਾਇਆ ਬਾਕੀ ਜਿਹੜਾ ਮੇਰੇ ਕੋਲ ਬਚੇ ਦਾ ਉਹ ਮੈਂ ਉਣ ਪਾਈ ਦੇਣਾ ਥੋੜਾ ਰੈਸੀ ਉੱਪਰ ਇਸੇ ਸਹੀ ਤਰੀਕੇ ਜਿਹੜਾ ਖਾਣੇ ਦਾ ਉਹ ਬਿਆ ਘਰੀਆ ਖੰਦੇ ਨਾ ਮਤਲਬ ਰਾਤੀ ਬਣਾਈ ਲੰਦੇ ਤੇ ਸਵੇਰੇ ਐਸੀ ਦਹੀਂ ਜਾਂ ਦੁੱਧ ਘਨੇ ਖੰਦੇ ਨਾ ਆਹਦੇ ਨਾ ਕੀ ਉਹਦੇ ਘਨੇ ਜਿਹੜੇ ਦੇ ਗੁਣ ਉਹ ਹੋਰ ਜ਼ਿਆਦਾ ਵਧੀਆ ਹੁੰਦੇ ਨਾ ਤੇ कोशिश करे भी इसी बनाई है। खाने दी। सब नहीं खिलाने की मैं कोई प्रोफेशनल नहीं है पर कोशिश करनी है अगर कोई कमी रही आग तो माफी भाई बनायो जरूर ये देखो नहीं बनी भला सुनाओ ना सारे का तो धन्यवाद मलाह है